ਸਾਡੇ ਪਿੰਡਾਂ ਤੋਂ ਲੰਘ ਜਾਓ ਨਹੀਂ ਇਹ ਘੱਟ ਮਿਲ ਉਧਰ ਬਹੁਤ ਮਿਲਦੀ ਹੋਸਪਿਟਲ ਆਏ ਹੋ ਕੀ ਸੰਤੁਸ਼ਟੀ ਪ੍ਰਗਟਾਈ ਕੀਤੀ ਅਤੇ ਕੀ ਸਮੱਸਿਆ ਸੀ? ਕੁਛ ਮਰੀਜ਼ਾਂ ਦਾ ਪਤਾ ਲਿਆ, ਕੁਛ ਦਾ ਹਾਲ ਚਾਲ ਪੁੱਛਿਆ। ਬਹੁਤ ਵਧੀਆ ਲੱਗਿਆ ਜਦੋਂ ਸਰਕਾਰ ਨੇ ਜਿਹੜਾ ਹੈਲਥ ਪ੍ਰਤੀ ਉਪਰਾਲਾ ਸ਼ੁਰੂ ਕੀਤਾ ਸੀ ਉਹ ਅੱਜ ਨਤੀਜੇ ਲਿਆ ਰਿਹਾ। ਅੱਜ ਇੱਥੇ ਮੁਕਤਸਰ ਦੇ ਵਿੱਚ ਗਿਣਤੀ ਨਹੀਂ ਕਿ ਕਿੰਨੇ ਲੋਕਾਂ ਦਾ ਗੋਡਿਆਂ ਦਾ ਆਪਰੇਟ ਡਾਕਟਰ ਬਰਾੜ ਵੱਲੋਂ ਕੀਤਾ ਗਿਆ, ਔਰ ਡਾਕਟਰ ਬਰਾੜ ਦੀ ਸਲਾਹਾਂ ਵੀ ਹਰੇਕ ਮਰੀਜ਼ ਨੇ ਕੀਤੀ। ਬਹੁਤ ਧਿਆਨਦਾਰੀ ਨਾਲ ਕੰਮ ਕਰ ਰਹੇ ਹੈ। ਕੁਛ ਸ਼ਿਕਾਇਤਾਂ ਵੀ ਮਰੀਜ਼ਾਂ ਕਨੀਓ ਆਈਆਂ ਜਿਹੜੀਆਂ ਸਫਾਈ ਪ੍ਰਤੀ ਜਾਂ ਹੋਰ ਕੋਈ ਦਿੱਕਤਾਂ ਆਈਆਂ ਉਹਦੇ ਬਾਰੇ ਅਸੀਂ SMO ਅਤੇ CMO ਸਾਹਿਬ ਨਾਲ ਗੱਲ ਕਰਾਂਗੇ ਤਾਂ ਉਹਨਾਂ ਸ਼ਿਕਾਇਤਾਂ ਦਾ ਵੀ ਹੱਲ ਕਰਾਂਗੇ। ਔਰ ਬਹੁਤ ਵਧੀਆ ਲੱਗਿਆ ਜਦੋਂ ਸਾਨੂੰ ਇਹ ਵੇਖਣ ਨੂੰ ਮਿਲਿਆ ਕਿ ਮਮਦੌੜ ਤੋਂ, ਫਾਜ਼ਿਲਕਾ ਤੋਂ, ਹੋਰ ਦੂਰੋਂ ਦੂਰੋਂ ਲੋਕ ਆ ਕੇ ਇੱਥੇ ਗੋਡਿਆਂ ਦਾ ਆਪਰੇਟ ਕਰਾ ਰਹੇ। ਇੱਕ ਚੰਗਾ ਬੰਦਾ ਸਿਸਟਮ ਨੂੰ ਚੇਂਜ ਕਰ ਦਿੰਦਾ। ਇੱਕ ਚੰਗੇ ਡਾਕਟਰ ਦੇ ਆਉਣ ਨਾਲ ਇੱਥੇ ਜਿਹੜਾ ਇਲਾਜ ਹੈ ਗੋਡਿਆਂ ਦਾ ਉਹ ਪ੍ਰੋਪਰ ਤਰੀਕੇ ਨਾਲ ਲੋਕ ਸੰਤੁਸ਼ਟੀ ਨਾਲ ਕਰਾ ਰਹੇ ਹੈ ਅਤੇ ਬਾਹਰੋਂ ਲੋਕ ਆ ਰਹੇ ਹੈ। ਮੈਂ ਡਾਕਟਰ ਸਾਹਿਬ ਨੂੰ ਵਧਾਈ ਦਿੰਦਾ, ਸਟਾਫ ਨੂੰ ਵੀ ਬੇਨਤੀ ਕਰੂੰਗਾ ਕਿ ਸਾਰਾ ਹੀ ਸਟਾਫ ਰਲ ਮਿਲ ਕੇ ਇਸ ਹੋਸਪਿਟਲ ਨੂੰ ਆਪਾਂ ਸ਼ਾਨਦਾਰ ਬਣਾਈਏ। ਅਗਲੇ ਦਿਨਾਂ ਵਿੱਚ ਫਿਰ ਆ ਕੇ ਅਸੀਂ ਜਿਹੜੀਆਂ ਕੰਪਲੇਂਟਾਂ ਉਹਨਾਂ ਬਾਰੇ ਜਾਣਕਾਰੀ ਲਵਾਂਗੇ। SMO ਸਾਹਿਬ ਅਤੇ CM ਸਾਹਿਬ ਨਾਲ ਮੀਟਿੰਗ ਵੀ ਕਰਾਂਗੇ। ਸਾਡੇ ਪਿੰਡਾਂ ਤੋਂ ਲੰਘ ਜਾਓ ਨਹੀਂ ਇਹ ਘੱਟ ਮਿਲ ਉਧਰ ਬਹੁਤ ਮਿਲਦੀ ਹੋਸਪਿਟਲ ਆਏ ਹੋ
ਕੀ ਸੰਤੁਸ਼ਟੀ ਪ੍ਰਗਟਾਈ ਕੀਤੀ ਤੇ ਕੀ ਸਮੱਸਿਆ? ਅੱਜ ਅਸੀਂ ਕੁਛ ਮਰੀਜ਼ਾਂ ਦਾ ਪਤਾ ਲਿਆ, ਕੁਛ ਦਾ ਹਾਲ ਚਾਲ ਪੁੱਛਿਆ। ਬਹੁਤ ਵਧੀਆ ਲੱਗਿਆ ਜਦੋਂ ਸਰਕਾਰ ਨੇ ਜਿਹੜਾ ਹੈਲਥ ਪ੍ਰਤੀ ਉਪਰਾਲਾ ਸ਼ੁਰੂ ਕੀਤਾ ਸੀ ਉਹ ਅੱਜ ਨਤੀਜੇ ਲਿਆ ਰਿਹਾ। ਅੱਜ ਇੱਥੇ ਮੁਕਤਸਰ ਦੇ ਵਿੱਚ ਗਿਣਤੀ ਨਹੀਂ ਕਿ ਕਿੰਨੇ ਲੋਕਾਂ ਦਾ ਗੋਡਿਆਂ ਦਾ ਆਪਰੇਟ ਡਾਕਟਰ ਬਰਾੜ ਵੱਲੋਂ ਕੀਤਾ ਗਿਆ, ਔਰ ਡਾਕਟਰ ਬਰਾੜ ਦੀ ਸਲਾਹਾਂ ਵੀ ਹਰੇਕ ਮਰੀਜ਼ ਨੇ ਕੀਤੀ। ਬਹੁਤ ਧਿਆਨਦਾਰੀ ਨਾਲ ਕੰਮ ਕਰ ਰਹੇ ਹੈ। ਕੁਛ ਸ਼ਿਕਾਇਤਾਂ ਵੀ ਮਰੀਜ਼ਾਂ ਕਨੀਓ ਆਈਆਂ, ਜਿਹੜੀਆਂ ਸਫਾਈ ਪ੍ਰਤੀ ਜਾਂ ਹੋਰ ਕੋਈ ਦਿੱਕਤਾਂ ਆਈਆਂ ਉਹਦੇ ਬਾਰੇ ਅਸੀਂ SMO ਅਤੇ CMO ਸਾਹਿਬ ਨਾਲ ਗੱਲ ਕਰਾਂਗੇ, ਤਾਂ ਉਹਨਾਂ ਸ਼ਿਕਾਇਤਾਂ ਦਾ ਵੀ ਹੱਲ ਕਰਾਂਗੇ। ਔਰ ਬਹੁਤ ਵਧੀਆ ਲੱਗਿਆ ਜਦੋਂ ਸਾਨੂੰ ਇਹ ਵੇਖਣ ਨੂੰ ਮਿਲਿਆ ਕਿ ਮਮਦੌੜ ਤੋਂ, ਫਾਜ਼ਿਲਕਾ ਤੋਂ, ਹੋਰ ਦੂਰੋਂ ਦੂਰੋਂ ਲੋਕ ਆ ਕੇ ਇੱਥੇ ਗੋਡਿਆਂ ਦਾ ਆਪਰੇਟ ਕਰਾ ਰਹੇ। ਇੱਕ ਚੰਗਾ ਬੰਦਾ ਸਿਸਟਮ ਨੂੰ ਚੇਂਜ ਕਰ ਦਿੰਦਾ, ਇੱਕ ਚੰਗੇ ਡਾਕਟਰ ਦੇ ਆਉਣ ਨਾਲ ਇੱਥੇ ਜਿਹੜਾ ਇਲਾਜ ਹੈ ਗੋਡਿਆਂ ਦਾ ਉਹ ਪ੍ਰੋਪਰ ਤਰੀਕੇ ਨਾਲ ਲੋਕ ਸੰਤੁਸ਼ਟੀ ਨਾਲ ਕਰਾ ਰਹੇ ਹੈ, ਅਤੇ ਬਾਹਰੋਂ ਲੋਕ ਆ ਰਹੇ ਹੈ। ਮੈਂ ਡਾਕਟਰ ਸਾਹਿਬ ਨੂੰ ਵਧਾਈ ਦਿੰਦਾ, ਸਟਾਫ ਨੂੰ ਵੀ ਬੇਨਤੀ ਕਰੂੰਗਾ ਕਿ ਸਾਰਾ ਹੀ ਸਟਾਫ ਰਲ ਮਿਲ ਕੇ ਇਸ ਹੋਸਪਿਟਲ ਨੂੰ ਆਪਾਂ ਸ਼ਾਨਦਾਰ ਬਣਾਈਏ। ਅਗਲੇ ਦਿਨਾਂ ਵਿੱਚ ਫਿਰ ਆ ਕੇ ਅਸੀਂ ਜਿਹੜੀਆਂ ਕੰਪਲੇਂਟਾਂ ਉਹਨਾਂ ਬਾਰੇ ਜਾਣਕਾਰੀ ਲਵਾਂਗੇ। SMO ਸਾਹਿਬ ਅਤੇ CMO ਸਾਹਿਬ ਨਾਲ ਮੀਟਿੰਗ ਵੀ ਕਰਾਂਗੇ।